ਹਮੇਸ਼ਾ ਗੁਪਤ ਰੱਖੋ ਇਹ ਗੱਲਾਂ ਨੰਬਰ 1 ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਆਪਣੀ ਜ਼ਿੰਦਗੀ ਦਾ ਟੀਚਾ ਗੁਪਤ ਰੱਖੋ ਨੰਬਰ 2 ਆਪਣੀ ਤਨਖਾਹ ਕਦੇ ਵੀ ਕਿਸੇ ਨੂੰ ਨਾ ਦੱਸੋ ਹਮੇਸ਼ਾ ਗੁਪਤ ਰੱਖੋ ਨੰਬਰ 3 ਜੇਕਰ ਤੁਸੀਂ ਨੌਕਰੀ ਲਈ ਇੰਟਰਵਿਊ ਦੇ ਜਾਣਾ ਹੈ ਤਾਂ ਆਪਣੀ ਗਵੰਡੀਆਂ ਨੂੰ ਨਾ ਦੱਸੋ ਨੌਕਰੀ ਮਿਲਣ ਤੇ ਜਦੋਂ ਤੱਕ ਤੁਸੀਂ ਜੁਆਇਨ ਨਹੀਂ ਕਰ ਲੈਂਦੇ ਤਦ ਤੱਕ ਨਾ ਦੱਸੋ ਨੰਬਰ 4 ਘਰ ਵਿੱਚ ਧਨ ਦੀ ਪ੍ਰਾਪਤੀ ਹੋਵੇ ਤਾਂ ਕਦੇ ਵੀ ਕਿਸੇ ਨੂੰ ਨਾ ਦੱਸੋ। ਨੰਬਰ 5 ਬੈਂਕ ਅਕਾਊਂਟ ਨੰਬਰ ਅਤੇ ਬੈਂਕ ਦਾ ਨਾਮ ਹਮੇਸ਼ਾ ਗੁਪਤ ਰੱਖੋ। ਨੰਬਰ 6 ਜੇਕਰ ਘਰ ਵਿੱਚ ਵਟਵਾਰਾ ਹੋ ਰਿਹਾ ਹੋਵੇ ਤਾਂ ਇਸ ਗੱਲ ਦਾ ਆਪਣੀ ਗਵੰਡੀਆਂ ਨੂੰ ਨਾ ਦੱਸੋ ਨਹੀਂ ਤਾਂ ਤੁਹਾਡੇ ਘਰ ਵਿੱਚ ਕਲੇਸ਼ ਵੱਧ ਸਕਦਾ ਹੈ। ਨੰਬਰ 7 ਜੇਕਰ ਤੁਸੀਂ ਆਪਣੀ ਲੜਕੀ ਜਾਂ ਆਪਣੀ ਬੇਟੀ ਦਾ ਕਿਤੇ ਰਿਸ਼ਤਾ ਤੈਅ ਕਰ ਰਹੇ ਹੋ ਤਦ ਤੱਕ ਆਪਣੇ ਰਿਸ਼ਤੇਦਾਰਾਂ ਅਤੇ ਗਵੰਡੀਆਂ ਨੂੰ ਨਾ ਦੱਸੋ ਜਦੋਂ ਤੱਕ ਤੁਹਾਡਾ ਰਿਸ਼ਤਾ ਪੱਕਾ ਨਹੀਂ ਹੋ ਜਾਂਦਾ ਨੰਬਰ 8 ਜੇਕਰ ਘਰ ਵਿੱਚ ਪਤੀ ਪਤਨੀ ਵਿੱਚ ਕੋਈ ਮਨਮਟਾਵ ਹੋ ਜਾਂਦਾ ਹੈ ਤਾਂ ਇਹ ਗੱਲ ਵੀ ਗੁਪਤ ਰੱਖੋ ਨੰਬਰ 9 ਪ੍ਰਾਪਰਟੀ ਦੇ ਪੇਪਰ ਹਮੇਸ਼ਾ ਗੁਪਤ ਰੱਖੋ ਜੇਕਰ ਨਵੀਂ ਪ੍ਰਾਪਰਟੀ ਖਰੀਦਣੀ ਹੈ ਤਾਂ ਉਹ ਤਾਂ ਕਿਸੇ ਨੂੰ ਨਾ ਦੱਸੋ ਜਦੋਂ ਤੱਕ ਜ਼ਰੂਰਤ ਨਾ ਹੋਵੇ ਨੰਬਰ 10 ਲੋਕਰ ਕੇਸ ਬੈਂਕ ਵਿੱਚ ਹੈ ਹਮੇਸ਼ਾ ਗੁਪਤ ਰੱਖੋ ਇਸ ਨਾਲ ਸੰਬੰਧਿਤ ਸਲਾਹ ਵੀ ਬੈਂਕ ਮੈਨੇਜਰ ਤੋਂ ਇਲਾਵਾ ਹੋਰ ਕਿਸੇ ਨਾਲ ਨਾ ਕਰੋ ਨੰਬਰ 11 ਘਰ ਵਿੱਚ ਸੋਨਾ ਆਇਆ ਹੋਵੇ ਤਾਂ ਕਿਸੇ ਨੂੰ ਨਾ ਦੱਸੋ ਖਾਸ ਕਰਕੇ ਕੰਮ ਕਰਨ ਵਾਲੀ ਨੌਕਰਾਨੀ ਨੂੰ ਤਾਂ ਬਿਲਕੁਲ ਨਹੀਂ ਨੰਬਰ 12 ਆਪਣਾ ਮੋਬਾਈਲ ਨੰਬਰ ਨਜ਼ਦੀਕੀ ਲੋਕਾਂ ਨਾਲ ਸ਼ੇਅਰ ਕਰੋ ਪਰ ਕ੍ਰੈਡਿਟ ਡੈਬਿਟ ਕਾਰਡ ਦਾ ਨੰਬਰ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਨੰਬਰ 13 ਕਿਸੇ ਗਰੀਬ ਨੂੰ ਦਿੱਤਾ ਹੋਇਆ ਦਾਨ ਕਦੇ ਵੀ ਕਿਸੇ ਨੂੰ ਨਾ ਦੱਸੋ ਨੰਬਰ 14 ਕਿਸੇ ਤੋਂ ਕਰਜ਼ਾ ਜਾਂ ਉਧਾਰ ਲੈਣ ਦੀ ਗੱਲ ਕਦੇ ਵੀ ਕਿਸੇ ਨੂੰ ਨਾ ਦੱਸੋ। ਨੰਬਰ 15 ਬਜ਼ੁਰਗਾਂ ਦੁਆਰਾ ਲਿਖੀ ਗਈ ਵਸੀਅਤ ਆਪਣੇ ਤੱਕ ਹੀ ਸੀਮਤ ਰੱਖੋ। ਨੰਬਰ 16 ਆਪਣੇ ਘਰ ਦੀਆਂ ਚੰਗੀਆਂ ਜਾਂ ਬੁਰੀਆਂ ਗੱਲਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਨਾ ਕਰੋ। ਤੁਹਾਡੇ ਘਰ ਵਿੱਚ ਦਰਾੜ ਆ ਸਕਦੀ ਹੈ। ਨੰਬਰ 17 ਜੇਕਰ ਤੁਹਾਡਾ ਬੱਚਾ ਕਿਸੇ ਵੀ ਪੇਪਰ ਵਿੱਚ ਫੇਲ ਹੋ ਜਾਂਦਾ ਹੈ ਤਾਂ ਕਦੇ ਵੀ ਕਿਸੇ ਨੂੰ ਨਾ ਦੱਸੋ। ਇਸ ਨਾਲ ਤੁਹਾਡੇ ਬੱਚੇ ਤੇ ਬੁਰਾ ਅਸਰ ਪੈ ਸਕਦਾ ਹੈ। ਕੁਝ ਚੰਗੀਆਂ ਗੱਲਾਂ। ਜਿਆਦਾ ਮਲਟੀ ਖਾਣ ਨਾਲ ਦੰਦਾਂ ਦੀ ਸਫਾਈ ਹੁੰਦੀ ਰਹਿੰਦੀ ਹੈ। ਚਿਹਰੇ ਦਾ ਰੰਗ ਖਰਾਬ ਹੋਣ ਲੱਗੇ ਤਾਂ ਨਿੰਬੂ ਦਾ ਰਸ ਲਗਾ ਲਓ। ਤੁਹਾਡਾ ਚਿਹਰਾ ਸਾਫ਼ ਹੋ ਜਾਵੇਗਾ। ਦਹੀਂ ਦੇ ਇਸਤੇਮਾਲ ਕਰਨ ਨਾਲ ਚਿਹਰਾ ਨਿੱਖਰ ਜਾਂਦਾ ਹੈ। ਦੁੱਧ ਦੀ ਬਜਾਏ ਦਹੀਂ ਛੇਤੀ ਹਾਜ਼ਮ ਹੁੰਦੀ ਹੈ। ਇਸ ਨਾਲ ਕਬਜ਼ ਤੇ ਬਦਹਾਜ਼ਮੀ ਤੋਂ ਵੀ ਰਾਹਤ ਮਿਲਦੀ ਹੈ। ਦਹੀਂ ਅੰਤੜੀਆਂ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਤਲੀਆਂ ਚੀਜ਼ਾਂ ਖਾਣ ਨਾਲ ਜੇਕਰ ਬਦਹਾਜਮੀ ਹੁੰਦੀ ਹੈ ਤਾਂ ਅਜਵਾਇਨ ਖਾ ਲਓ। ਐਲੋਵੀਰਾ ਕੱਟ ਕੇ ਚਿਹਰੇ ਤੇ ਲਗਾਉਣ ਨਾਲ ਝੋੜੀਆਂ ਖਤਮ ਹੋ ਜਾਣਗੀਆਂ। ਜੇਕਰ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਦਹੀਂ ਖਾਇਆ ਕਰੋ। ਭੁੱਖ ਘੱਟ ਲੱਗੇਗੀ। ਜੇਕਰ ਤੁਸੀਂ ਆਪਣਾ ਮਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਇਮਲੀ ਦਾ ਸ਼ਰਬਤ ਬਣਾ ਕੇ ਪੀਓ। ਜਿੰਨਾ ਲੋਕਾਂ ਦੇ ਵਾਲ ਝੜਦੇ ਹਨ ਉਹਨਾਂ ਨੂੰ ਤਿਲਾਂ ਦਾ ਤੇਲ ਲਗਾਉਣਾ ਚਾਹੀਦਾ ਹੈ। ਸਾਂਫ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਹੈ, ਉਹਨਾਂ ਨੂੰ ਸੇਵ ਜ਼ਿਆਦਾ ਖਾਣੀ ਚਾਹੀਦੀ ਹਨ। ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ ਗਲੋ ਆ ਜਾਂਦੀ ਹੈ। ਜਿਹੜੀ ਲੋਕ ਸ਼ਾਮ ਨੂੰ ਚੌਲ ਖਾਂਦੇ ਹਨ, ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੁੰਦੀ ਹੈ। ਗਾਜਰ ਦਾ ਜੂਸ ਪੀਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਜੇਕਰ ਅੱਧਾ ਸਿਰ ਦੁਖਦਾ ਹੈ ਤਾਂ ਅੰਗੂਰ ਦਾ ਰਸ ਪੀਓ। ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਰੰਗ ਕਾਲਾ ਹੋ ਜਾਂਦਾ ਹੈ। ਖਾਣੀ ਤੋਂ ਬਾਅਦ ਤੁਰੰਤ ਫਲ ਖਾਣ ਨਾਲ ਮੇਦੀ ਨੂੰ ਨੁਕਸਾਨ ਹੁੰਦਾ ਹੈ। ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ, ਉਹਨਾਂ ਨੂੰ ਗਾਜਰ ਦਾ ਜੂਸ ਪੀਣਾ ਚਾਹੀਦਾ ਹੈ। ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਸੁੱਕੀ ਖੰਗ ਦੂਰ ਹੁੰਦੀ ਹੈ। ਕੱਚੇ ਵੇਰ ਖਾਣ ਨਾਲ ਬਵਾਸੀਰ ਨਹੀਂ ਹੁੰਦੀ। ਕੱਚੇ ਸੇਬ ਤੇ ਸ਼ਹਿਦ ਲਗਾ ਕੇ ਖਾਓ, ਦਿਮਾਗ ਤੀਜ਼ ਹੋ ਜਾਵੇਗਾ। ਜਿਆਦਾ ਜ਼ੁਕਾਮ ਲੱਗਣ ਨਾਲ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ। ਜਿਆਦਾ ਮਿੱਠਾ ਖਾਣ ਨਾਲ ਕੰਨਾਂ ਤੋਂ ਘੱਟ ਸੁਣਾਈ ਦੇਣ ਲੱਗ ਜਾਂਦਾ ਹੈ। ਸਵੇਰੇ ਖਾਲੀ ਪੇਟ ਅਦਰਕ ਤੇ ਲਸਣ ਦਾ ਪਾਣੀ ਪੀਣ ਨਾਲ ਪੇਟ ਘਟਣ ਲੱਗ ਜਾਂਦਾ ਹੈ। ਜਿਸ ਦੀ ਜਿਆਦਾ ਧੀਆ ਹੁੰਦੀਆਂ ਹਨ ਉਹ ਇਨਸਾਨ ਖੁਸ਼ਕਿਸਮਤ ਹੁੰਦਾ ਹੈ। دیر ਨਾਲ ਨੀਂਦ ਆਉਣਾ ਦਿਮਾਗ ਤੀਜ ਹੋਣ ਦੀ ਨਿਸ਼ਾਨੀ ਹੈ। ਸ਼ਾਮ ਦੇ ਸਮੇਂ ਮਿੱਠੀਆਂ ਚੀਜ਼ਾਂ ਨਾ ਖਾਓ ਬਲਕਿ ਕੌੜੀਆਂ ਚੀਜ਼ਾਂ ਖਾਓ। ਸਿਹਤ ਵਧੀਆ ਰਹੂਗੀ। ਜਿਆਦਾ ਚਾਹ ਪੀਣ ਨਾਲ ਸਿਹਤ ਖਰਾਬ ਹੁੰਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੀ ਘਟ ਹੁੰਦੀ ਹੈ ਦਿਨ ਵਿੱਚ ਦੋ ਵਾਰ ਖੀਰੇ ਜ਼ਰੂਰ ਖਾਓ ਮਟਾਪਾ ਘਟਣ ਲੱਗ ਜਾਵੇਗਾ ਵਾਲਾਂ ਵਿੱਚ ਕੰਗੀ ਕਰਨ ਨਾਲ ਸਿਰ ਵਿੱਚ ਖੂਨ ਦਾ ਸੰਚਾਰ ਤੀਜ ਹੋ ਜਾਂਦਾ ਹੈ ਜਿਹੜੇ ਲੋਕ ਵਾਲਾਂ ਵਿੱਚ ਕੰਗੀ ਕੱਟ ਕਰਦੇ ਹਨ ਉਹਨਾਂ ਦੇ ਵਾਲ ਜਿਆਦਾ ਝੜਦੇ ਹਨ ਬਾਸੀ ਮੂੰਹ ਦਾਲਚੀਨੀ ਦੀ ਖੁਸ਼ਬੂ ਸੁੰਘਣ ਨਾਲ ਦਿਮਾਗ ਤੇਜ਼ ਹੁੰਦਾ ਹੈ ਜਿਹੜੀ ਲੋਕ ਸੱਜੇ ਪਾਸੇ ਸੌਂਦੇ ਹਨ ਉਹਨਾਂ ਨੂੰ ਛੇਤੀ ਨੀਂਦ ਆਉਂਦੀ ਹੈ ਜਿਆਦਾ ਮਿਰਚ ਮਸਾਲੇ ਖਾਣ ਨਾਲ ਅਲਰਜੀ ਵੀ ਹੋ ਸਕਦੀ ਹੈ। ਸ਼ਾਮ ਨੂੰ ਜਿਆਦਾ ਪਿਆਜ਼ ਖਾਣ ਨਾਲ ਬਵਾਸੀਰ ਹੋ ਸਕਦਾ ਹੈ। ਸ਼ਾਮ ਨੂੰ ਚੌਲ ਖਾਣ ਨਾਲ ਚਰਬੀ ਛੇਤੀ ਵਧਣ ਲੱਗ ਜਾਂਦੀ ਹੈ। ਰਾਤ ਨੂੰ ਦਹੀਂ ਦਾ ਸੇਵਨ ਨਾ ਕਰੋ। ਖਾਣਾ ਖਾਣ ਤੋਂ ਬਾਅਦ ਇੱਕਦਮ ਚਾਹ ਪੀਣ ਨਾਲ ਖਾਣਾ ਛੇਤੀ ਹਾਜਮ ਨਹੀਂ ਹੁੰਦਾ। ਹਰ ਰੋਜ਼ ਸਵੇਰੇ ਘਾਹ ਤੇ ਨੰਗੇ ਪੈਰ ਜ਼ਰੂਰ ਤੁਰਨਾ ਚਾਹੀਦਾ ਹੈ। ਅਮਰੂਦ ਖਾਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ। ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਪੇਟ ਦਾ ਦਰਦ ਖਤਮ ਹੋ ਜਾਂਦਾ ਹੈ। ਛੋਲਿਆਂ ਦੀ ਦਾਲ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਦਾਣੇ ਨਹੀਂ ਹੋਣਗੇ। ਰਾਤ ਨੂੰ ਬਾਰ-ਬਾਰ ਬਾਥਰੂਮ ਆਉਣ ਦੀ ਪ੍ਰੋਬਲਮ ਹੈ ਤਾਂ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ। ਸਾਗ ਤੇ ਪਾਲਕ ਖਾਣ ਨਾਲ ਰਾਤ ਨੂੰ ਬਾਰ-ਬਾਰ ਬਾਥਰੂਮ ਆਉਣ ਦੀ ਪ੍ਰੋਬਲਮ ਘੱਟ ਹੋ ਜਾਂਦੀ ਹੈ। ਜਿਆਦਾ ਸੋਚਣ ਤੇ ਟੈਨਸ਼ਨ ਲੈਣ ਵਾਲਾ ਇਨਸਾਨ ਛੇਤੀ ਬੁੱਢਾ ਹੋ ਜਾਂਦਾ ਹੈ। ਸਵੇਰੇ ਖਾਲੀ ਪੇਟ ਖੰਜੂਰ ਖਾ ਕੇ ਉੱਪਰ ਦੀ ਦੁੱਧ ਪੀ ਲਓ ਪੇਟ ਵਿੱਚ ਗੈਂਸ ਨਹੀਂ ਬਣੇਗੀ। ਅਨਾਰ ਖਾਣ ਨਾਲ ਰੰਗ ਲਾਲ ਹੋ ਜਾਂਦਾ ਹੈ। ਰਾਤ ਨੂੰ ਦੇਸੀ ਸ਼ਹਿਤ ਤੇ ਅੰਜੀਰ ਖਾਣ ਨਾਲ ਇਨਸਾਨ ਛੇਤੀ ਬੁੱਢਾ ਨਹੀਂ ਹੁੰਦਾ। ਮਿੱਦੀ ਦੀ ਪ੍ਰੋਬਲਮ ਹੋਵੇ ਤਾਂ ਅਚਾਰ ਬਿਲਕੁਲ ਵੀ ਨਾ ਖਾਓ। ਸੁੱਕੀ ਖੰਗ ਹੋਵੇ ਤਾਂ ਖੰਜੂਰ ਖਾਓ। ਖੂਨ ਦੀ ਕਮੀ ਹੋਵੇ ਤਾਂ ਕਿਸ਼ਮਿਸ਼ ਜ਼ਰੂਰ ਖਾਓ। ਕਿਸੇ ਇਨਸਾਨ ਨੂੰ ਰਵਾਉਣ ਤੋਂ ਪਹਿਲਾਂ ਇਹ ਸੋਚੋ ਤੁਸੀਂ ਉਸ ਨੂੰ ਰਵਾ ਕੇ ਆਪ ਖੁਸ਼ ਰਹਿ ਸਕੋਗੇ। ਇੱਥੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਕਿਸੇ ਨੂੰ ਆਪਣਾ ਕਿਵੇਂ ਮੰਨਣਗੇ ਲੰਬੀ ਜਵਾਨ ਇਨਸਾਨ ਨੂੰ ਛੋਟਾ ਕਰ ਦਿੰਦੀ ਹੈ ਜਿਹੜਾ ਇਨਸਾਨ ਸਿਰਫ ਆਪਣੇ ਆਪ ਨੂੰ ਖੁਸ਼ ਰੱਖਦਾ ਹੈ ਉਸ ਦੀ ਜ਼ਿੰਦਗੀ ਬੇਕਾਰ ਹੈ ਅੰਡਿਆਂ ਦਾ ਉਬਲਿਆ ਪਾਣੀ ਬੇਕਾਰ ਨਾ ਕਰੋ ਉਸ ਨੂੰ ਠੰਡਾ ਕਰਕੇ ਆਪਣਾ ਮੂੰਹ ਧੋ ਲਵੋ ਮੂੰਹ ਤੇ ਝੋੜੀਆਂ ਗਾਇਬ ਹੋ ਜਾਣਗੀਆਂ ਪਿਆਜ਼ ਕੱਟ ਕੇ ਅਗਲੇ ਦਿਨ ਲਈ ਨਾ ਰੱਖੋ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਸਾਰੇ ਦਿਨ ਦੀ ਠਿਕਾਪਟ ਦੂਰ ਕਰ ਲਈ ਛੋਟੀ ਇਲਾयची ਗਰਮ ਪਾਣੀ ਵਿੱਚ ਪੀ ਲਓ ਠਿਕਾਉਤ ਦੂਰ ਹੋ ਜਾਵੇਗੀ ਨਿੰਬੂ ਪਾਣੀ ਹਰ ਰੋਜ਼ ਪੀਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਸੇਵ ਖੂਨ ਨੂੰ ਜੰਮਣ ਨਹੀਂ ਦਿੰਦਾ ਕੇਲਾ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਹਰੀ ਚਾਹ ਪੀਣ ਨਾਲ ਪੇਟ ਦੀ ਚਰਬੀ ਬਹੁਤ ਛੇਤੀ ਘਟਦੀ ਹੈ ਆਲੂ ਖਾਣ ਨਾਲ ਵਜਨ ਬਹੁਤ ਛੇਤੀ ਵਧਣ ਲੱਗ ਜਾਂਦਾ ਹੈ ਗਰਮ ਰੋਟੀ ਨਾਲ ਕਦੇ ਵੀ ਦਹੀਂ ਨਾ ਖਾਓ ਗਰਮੀ ਵਿੱਚ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪਸੀਨਾ ਘਟ ਆਉਂਦਾ ਹੈ ਤੇ ਸਰੀਰ ਠੰਡਾ ਰਹਿੰਦਾ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਦੁੱਧ ਵਿੱਚ ਖੰਜੂਰਾ ਪਾ ਕੇ ਉਬਾਲੋ ਤੇ ਪੀ ਲਓ ਹਰੀਆਂ ਸਬਜ਼ੀਆਂ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਮਿੱਠੀ ਲੱਸੀ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੇ ਧੰਨਵਾਦ